ਪੈਣ ਤਾਂ ਤੁਹਾਡੇ ਮੱਥੇ ਚੁੰਮਾਂ, ਤੁਹਾਨੂੰ ਸੀਨੇ ਨਾਲ ਲਾਵਾਂ, ਅਗਰ ਨਹੀਂ ਐਣ ਤਾਂ ਅੱਲਾ ਦਾ ਵਾਸਤਾ ਹੀ ਨੇ। ਨਬੀ ਦੀ ਸ਼ਾਦੀ ਹੈ ਅਤੇ ਸ਼ਾਦੀ ਵਿੱਚ ਮਾਲਕਾਂ ਕੋਲ ਜਿਹੜਾ ਕੁਝ ਵੀ ਮੰਗ ਲਓ ਮਾਲਕ ਦੇ ਦੇਣ। ਅਗਰ ਨਿਸ਼ਾਨੀਆਂ ਨਹੀਂ ਹੈਣ ਤਾਂ ਮੰਗ ਲਵਾਏ, ਅਗਰ ਹੈਣ ਤਾਂ ਸੁਬਹਾਨ ਅੱਲਾ। ਜੰਨਤ 'ਚ ਉਹ ਜਾਸਿਨ ਜਿਨ੍ਹਾਂ ਦੇ ਕੋਲ ਦੋ ਨਿਸ਼ਾਨੀਆਂ ਹਨ। ਅੱਲਾ ਕਿਹੜੀਆਂ ਕਿਹੜੀਆਂ? ਫਰਮਾਇਆ ਐਲਾਨ ਕਰ ਦੇ, ਵਾ ਅੰਮਾ ਮਨ ਖਾਫਾ ਮਕਾਮ ਰੱਬਹਿ ਵਨਹ ਨਫਸ ਅਨਿਲ ਹਵਾ। ਕਿਆ ਬਾਤ ਹੈ ਤੁਹਾਡੀ ਕੁਰਾਨ ਦੀ ਸਮਾਧਿ? ਵਾ ਅੰਮਾ ਮਨ ਖਾਫਾ ਮਕਾਮ ਰੱਬਹਿ, ਮੇਰਾ ਮੁਹੰਮਦ ਪਹਿਲਾ ਤਾਂ ਉਹ ਹੈ। ਵਾ ਅੰਮਾ ਮਨ ਖਾਫਾ ਮਕਾਮ ਰੱਬਹਿ, ਪਹਿਲਾ ਤਾਂ ਉਹ ਜੰਨਤੀ ਹੈ ਜਿਹੜਾ ਸਾਡਾ ਨਾਂ ਸੁਣਦਾ ਹੈ, ਸਾਡਾ ਨਾਂ ਸੁਣਦਾ ਹੈ, ਫਿਰ ਨਾ ਗਰਮੀ ਵੇਦਾ ਹੈ ਨਾ ਸਰਦੀ ਵੇਦਾ ਹੈ। ਉਹ ਮੀਆਂ ਸਾਡਾ ਨਾਂ ਸੁਣ ਕੇ ਸਾਡੀ ਬਾਰ ਦਰਗਾਹ ਵਿੱਚ ਹਾਜ਼ਰ ਹੋਵੇਂਦਾ ਹੈ, ਯਾਨੀ ਅਜ਼ਾਨ ਸੁਣ ਕੇ ਮਸਜਿਦ ਵਿੱਚ ਆਵੇਂਦਾ ਹੈ। ਅੱਲਾ ਫਰਮੈਂਦਾ ਹੈ ਉਹ ਜੰਨਤੀ ਹੈ। ਜਿਹੜੇ ਬੋਲਿਓ ਫਿਰ ਆਖੋ ਸੁਬਹਾਨ ਅੱਲਾ। ਜੰਨਤੀ ਉਹ ਹੈ ਸੈਫੁਰ ਰਹਿਮਾਨ ਜਿਹੜਾ ਅੱਲਾ ਦਾ ਹੁਕਮ ਸੁਣ ਕੇ, ਅੱਲਾ ਦਾ ਹੁਕਮ ਸੁਣ ਕੇ ਉਹਦੇ ਦਰਬਾਰ ਵਿੱਚ ਹਾਜ਼ਰ ਹੋ ਵੈਂਦਾ ਹੈ, ਉਹ ਜੰਨਤੀ ਹੈ। ਮਸਲਨ ਕਿਵੇਂ? ਮੈਂ ਹੁਣੇ ਪਿਆ ਦੱਸੇਨਾ, ਡੇਰਾ ਬਖਸ਼ੀਆਂ ਵਿੱਚ ਮਿਸਾਲ ਦੇ ਤੌਰ 'ਤੇ ਬਾਰਿਸ਼ ਆ ਗਈ ਹੈ, ਹਵਾ ਵੀ ਚੱਲੀ ਹੈ, ਕਿਬਲਾ ਜੈ ਸਵੇਰੇ ਮਿਲ ਵਿੱਚ ਜਾਵਣਾ ਹਾ ਕਰੀ ਸੈਂਟ 'ਚ, ਉਹ ਸਾਰੀ ਰਾਤ ਅੰਦਰ ਜਾਂਦਾ ਹੈ ਤਾਂ ਗਰਮੀ ਹੈ, ਬਾਹਰ ਆਉਂਦਾ ਹੈ ਤਾਂ ਬਾਰਿਸ਼ ਹੈ। ਸਾਰੀ ਰਾਤ ਆਂਦੇ ਜਾਂਦੇ ਗੁਜ਼ਰ ਗਈ ਹੈ, ਜਿਹੜੇ ਵੇਲੇ ਫਜਰ ਦਾ ਵੇਲਾ ਆਇਆ ਹੈ ਤੇ ਠੰਡੀ ਹਵਾ ਚੱਲੀ ਹੈ, ਇਧਰੋਂ ਨੀਂਦਰ ਆਵਣ ਪਈ ਹੈ, ਉਦੋਂ ਮੌਲਵੀ ਸਾਹਿਬ ਅਜ਼ਾਨ ਦਿੱਤੀ ਹੈ, ਇਹ ਉੱਠ ਕੇ ਬਹਿ ਗਿਆ ਹੈ। ਉਹਦੀ ਅੰਮਾ ਦੀ ਹੈ, ਬੇਟਾ ਕਿਧਰੇ ਜਾਊਂ, ਅੰਮਾ ਕਿਆ ਕਰਾਂ? ਉਹ ਆਦੀ ਹੈ, ਸੋ ਜਾ, ਸਾਰੀ ਰਾਤ ਨਹੀਂ ਸੁੱਤਾ, 3 ਘੰਟੇ ਬਾਕੀ ਐਣ ਫਿਰ ਕਰੀ ਸੈਂਟ ਮਿਲ ਜਾਵਣ ਆਈ। ਉਹ ਆਦੇ, ਅੰਮਾ ਮੈਨੂੰ ਪੁੱਠੇ ਮਸ਼ਵਰੇ ਨਾ ਦੇ, ਮੈਂ ਮਿਲ ਵੇਖਾਂ ਜਾਂ ਰੱਬ ਦਾ ਫਰਮਾਨ ਵੇਖਾਂ। ਓਹੋ ਸੁਬਹਾਨ ਅੱਲਾ, ਜੀਓ ਬੇਟਾ, ਜੀਓ ਬੇਟਾ, ਹੱਥ ਬੁਲੰਦ ਕਰਕੇ ਨਾਰਾ ਰਿਸਾਲ। ਅੱਲਾ ਫਰਮੈਂਦਾ ਹੈ ਉਹ ਜੰਨਤੀ ਹੈ, ਭਾਵੇਂ ਰੰਗ ਦਾ ਕਾਲਾ ਹੈ, ਭਾਵੇਂ ਉਹਦਾ ਕੱਦ ਛੋਟਾ ਹੈ, ਭਾਵੇਂ ਉਹਦੀ ਤਨਖਾਹ ਵੀ 3500 ਹੈ, ਭਾਵੇਂ ਐਡਹਾਕ ਬੇਸ 'ਤੇ ਹੈ, ਅੱਲਾ ਦਾ ਮੇਰਾ ਮੁਹੰਮਦ ਆ, ਇਹ ਵੇਖ ਮੇਰਾ ਹੁਕਮ ਸੁਣ ਕੇ ਮੇਰੇ ਕੋਲ ਆਉਂਦਾ ਪਿਆਈ, ਇਹ ਜੰਨਤੀ ਹੈ, ਇਹ ਜੰਨਤੀ ਹੈ। ਚਲੋ ਅਗਰ ਇਹ ਵੀ ਨਹੀਂ ਵੇ ਸਮਝੇ ਤਾਂ ਸਮਝ ਲਓ, ਮਿਸਾਲ ਦੇ ਤੌਰ 'ਤੇ ਕ੍ਰਿਕਟ ਮੈਚ ਖੇਡ ਰਹੇ ਹੋ ਅਤੇ ਮੈਚ ਵੀ ਵਿਨਿੰਗ ਪੁਆਇੰਟ 'ਤੇ ਪਏ ਗਿਆ ਹੈ, ਤੇਰੇ ਕੋਲ ਬੈਟ ਹੈ ਤੇ ਬਾਲਾਂ 2 ਹਨ ਤੇ ਸਕੋਰ 1 ਚਾਹੀਦਾ ਹੈ, ਇਦੋ ਬੌਲਰ ਨੇ ਕਿਬਲਾ ਬੌਲਿੰਗ ਵਾਸਤੇ ਤਿਆਰੀ ਪਕੜੀ ਹੈ, ਤੇਰੇ ਹੱਥ ਵਿੱਚ ਬੈਠਾ ਉਦੋ ਅਜ਼ਾਨ ਆਈ ਹੈ, ਅਗਰ ਤੂੰ ਨਬੀ ਦਾ ਨੌਕਰ ਹੋਵੇਂ ਤਾਂ ਬੈਟ ਪਿੱਚ ਤੇ ਦੇ ਮਾਰਿਆ ਹੈ ਤੇ ਮਸੀਤ ਵਾਲੇ ਪਾਸੇ ਦੌੜਾ ਹੈ। ਯਾਰਾਂ ਖਿਲਾੜੀਆਂ ਦਿਨ ਸਾਡਾ ਨੱਕ ਕਟਵਾ ਦਿੱਤਾ ਹੀ, ਮੈਚ ਜਿੱਤਣ ਦਾ ਮੌਕਾ ਤੂੰ ਕਿੱਦੇ ਭੱਜਾ ਜਾ ਰਿਹਾ ਹੈ, ਤੇਰਾ ਹੱਕ ਬਣਦੇ ਆਖ ਤੁਹਾਡੇ ਨਾਲ ਯਾਰੀ ਟੁੱਟ ਸਕਦੀ ਏ, ਮੁਹੰਮਦ ਨਾਲ ਵਫਾਦਾਰੀ ਨਹੀਂ ਬਕ ਸਕਦੀ। ਨਾਰਾਏ ਤਕਬੀਰ, ਨਾਰਾਏ ਰਿਸਾਲਤ, ਨਾਰਾਏ ਤਹਕੀਕ, ਨਾਰਾਏ ਹੈਦਰੀ। ਵਾਹ ਵਾਹ, ਆਖੋ ਸੁਬਹਾਨ ਅੱਲਾ। ਸਮਝ ਆਉਂਦੀ ਪਈ ਏ ਤਾਂ ਹੱਥ ਚੁੱਕ ਕੇ ਆਖੋ ਸੁਬਹਾਨ ਅੱਲਾ। ਜੰਨਤ ਇਵੇਂ ਨਹੀਂ ਮਿਲਣੀ ਕਿ ਕਿਬਲਾ ਸਵੇਰ ਗੁਜ਼ਰੇ ਬਿਸਤਰ ਵਿੱਚ, ਜ਼ੁਹਰ ਗੁਜ਼ਰੇ ਰੋਟੀ ਖਾਣੇ, ਅਸਰ ਗੁਜ਼ਰੀਏ ਦੇ ਮੈਚ ਵੇਜੇ, ਮਗਰਬ ਵੇਲੇ ਫਿਰ ਟੀਵੀ ਤੇ, ਇਸ਼ਾ ਵੇਲੇ ਖਬਰਨਾਮਾ ਸੁਣ ਕੇ ਸਹਿ ਗਿਆ। ਜੰਨਤ ਇਵੇਂ ਨਹੀਂ ਮਿਲਣੀ, ਜੰਨਤ ਇੱਕ ਮਹਿਫਿਲ ਵਿੱਚ
भी नहीं मिलनी, समझ लो मेरे पुत्रो, जन्नत सौखी होवे हा बिलाल कोड़े न खावे हा, जन्नत सौखी होवे हा जुनैरा नबीनी ना होवे हा, जन्नत सौखी होवे हा मास ते मुअव्वद अबू जहल नु ना मारन हा, मेरे पुत्रो जन्नत सौखी होवे हा सुमैया दे जिस्म दे दो टुकड़े न होवन हा, जन्नत सौखी होवे हा हुसैन अकबर जैसा जवान करबला कदी न ले जावे हा। अरमान मैनू ए है, ओ तुहानू क्रिकेट दा पता है, तुहानू वालीबाल दा पता, तुसा यू फोन चलावन जानदे हो, तुसा फेसबुक बनावन जानदे हो, तुसा आईडियां बना लैंदे हो, बैठे बैठे तस्वीरां गूगल ते भेज सकदे हो। अरमान ए है कि मां मर जावे तुहानू जनादे दा तरीका नहीं आरमाने है, आरमाने है कि सानू जनादा नहीं आता। सही है, औखी तकरीर है, ये वास्ते ना कोई नोट देंदा है ना कोई राजी होंदा है, लेकिन ये मेरी फिक्र सुन लो मेरे बच्चों, मेरे चस्के ना लवो, मैं कोई दफ लेके नहीं आया ते नाल झांझरियां लेके नहीं आया, और मैं कोई हारमोनियम लेके नहीं आया कि जाफर कुरैशी दे चस्के लवो, और मेरे चस्के ना लवो, मेरे नबी दा दर्द लेके उठो। पढ़ पढ़ आलम फाजल होयो, कदी मन अपने नू पढ़िया ही नहीं, इवें जा जा जाना है मंदर मसीता, कदी मन अपने विच भड़िया ही नहीं, इवें लड़दा है तू लोका नाल, कदी नफस अपने नाल लड़िया ही नहीं। ओए बुल्ले शाह उठदिया फड़ लेना है, जड़ा विच बैठा है उनू फड़िया ही नहीं। नारे तकबीर, नारे रिसाला, नारे जन्नत इवें नहीं मिलनी, जन्नत ऐसी शय नहीं के शराबी नू जड़ी मिल जावे, जन्नत बेगैरत नू नहीं मिलनी, जन्नत बेहया नू नहीं मिलनी, जन्नत उन्हां नू मिलनी है जिन्होंने जन्नत दी तैयारी कीती होवे। डान साउंडा लिया बंदे समझ दिन के नात पढ़ के जन्नत लै लेसु, बंदे समझ दिन के तकरीरां करके जन्नत लै लेसु। जन्नत इतना आसान नहीं है, खुदा दी कसम है, जन्नत जावन वास्ते अल्लाह दा खौफ बड़ा जरूरी है। मिसाल दे तौर ते रमजान आंदा पे आए ते कदाई तू डॉक्टर दे कोल जावे ते डॉक्टर बीबी बीबी सेट तेनू लावे, सटे तो सकोप तेनू लावे ते आके साईं जी फिर रोजे तो वड्डे आ रहे हैं, तुसा रोजे नहीं रखने, ते ओ आखे तू आखे क्यों, ते ओ आखे जी 18 घंटे का दिन है, ते ताई अगर रोजा रखिया ते शुगर वध जासिया, 2:30 बजे तेरे अधे सिर च दर्द पोसी, तू ए नाक ठीक है ठीक है ठीक है, मैं नहीं रखने मैं नहीं रखने, तेरा हक बनता है उथाई उठी के खड़ बन, उन्हू आक डाक्टर आ बंदे का पुत्र बन, मैनू इंसुलिन ला सकता है, मैनू दवाई दे सकता है, मैनू रोजे तो न रोक, हो सकता है अगले साल रमजान आवे तो मैं ना होव, मैनू रोजा रज के रखन दे। तू आके जाए जा मर जासे, तू आक मर भी जासा तो क्या होया, चले रोजे विच मरसा, मेरा कोई होर वारिस होवे ना होवे, सकीना दा बाबा हुसैन तो मेरा वारिस बनदा है। हक हक सुभान, क्या बात, वाह हां हां हां, शुक्र है ते कुडाई आंदा पे भाई, शाबाश शाबाश, हलाल करे ने रोटी, यही कि 10 बंदे नाल लेके टुरी है, तू वाह वाह करी ते तू नारे लावी, मैं कल्ला ही आया ते कल्ला ही कबर च जावना है। उतर कर गिर कर संभल कर वो अक्सर पार होते हैं, कोई लंगर कोई जेरे लंगर पार होते हैं, नबी की मोहब्बत का समंदर भी अजब है जाफर, जो इसमें डूब जाते हैं वो अक्सर पार होते हैं। नारे तकबीर, नारे रिसालत, नारे तहकीर, मेरे सारे पैसे मेरे उते, नारे हैदरी, अल्लाह सुल्तान, जंती ओ है जड़े जेदे दिल विच रब दा खौफ है। हुण एक दफा मेरे नाल बोलो, जंती केड़ा है,
ਜਿਹਦੇ ਦਿਲ ਵਿੱਚ, ਜਿਹਦੇ ਦਿਲ ਵਿੱਚ ਆਓ ਰੂਹਾਨੀ ਤੌਰ ਤੇ ਦਿੱਲੀ ਦੀ ਮਸਜਿਦ ਦੇ ਦਰਵਾਜ਼ੇ ਵਿੱਚ ਚੱਲੋ। ਇੱਕ ਫਕੀਰ ਬੈਠਾ ਹੈ, ਕੱਪੜੇ ਵੀ ਮੈਲੇ, ਮਨ ਵੀ ਮੈਲਾ, ਸੈਫੁਰਰਹਿਮਾਨ ਹੱਥ ਵਿੱਚ ਕਾਸਾ ਭਿਖਾਰੀ ਹੈ, ਹੈ ਨਬੀ ਦਾ ਨੌਕਰ। ਸਾਹਮਣੇ ਅੰਗਰੇਜ਼ ਆਇਆ, ਪੈਂਟ ਪਾਤੀ ਹੋਈ ਹੈ, ਜਲੇ ਆਇਆ ਮਸਜਿਦ, ਸ਼ਾਹੀ ਮਸਜਿਦ ਦੀ ਵਿਜ਼ਿਟ ਕਰਨ, ਸੈਰ ਕਰਨ। ਫਕੀਰ ਆਦਾ ਅੱਲਾ ਦਾ ਨਾਮ ਹਨ, ਇੱਕ ਪਾਉਣ ਤਾਂ ਮੁੜ ਦੇ ਚਾ। ਉਹਨੇ ਪੈਂਟ ਦੇ ਪਿਛਲੇ ਪਾਸੇ ਜੇ ਭਾਈ ਉਹਦੇ ਵਿੱਚੋਂ ਬਟੂਆ ਕੱਢਿਆ, ਬਾਈ ਜਾਨ ਜਲੇ ਬਟੂਆ ਕੱਢਿਆ, ਉਹਦੇ ਵਿੱਚੋਂ 500 ਪਾਊਂਡ ਇੱਕ ਪਾਸੇ ਹਨ, 1 ਪਾਊਂਡ ਇੱਕ ਪਾਸੇ ਆ। ਉਹਨੇ 1 ਪਾਊਂਡ ਉਹਨੂੰ ਦੇ ਦਿੱਤਾ, ਬਕਾਇਆ 500 ਸਮੇਤ, ਪਾਊਂਡ ਸਮੇਤ ਬਟੂਆ ਜੇਬ ਵਿੱਚ ਰੱਖਣ ਲੱਗਾ। ਪਿੱਛੇ ਰਸ਼ ਜਿਹਾ ਦਹਾ ਧੱਕਾ ਜੋ ਲੱਗਾ, ਅੰਗਰੇਜ਼ ਅੱਗੇ ਚਲਾ ਗਿਆ, ਬਟੂਆ ਉੱਥਾਂ ਹੀ ਡਹਿ ਪਿਆ, ਉਹਨੂੰ ਪਤਾ ਨਾ ਚੱਲਿਆ। ਜਲੇ ਰਾਤ ਘਰ ਗਿਆ, ਘਰ ਵਾਲੇ ਨੂੰ ਉਹਦਾ, ਉਹ ਮੇਰਾ ਪੂਰੀ ਤਨਖਾਹ ਅੱਜ ਗਾਇਬ ਹੋ ਗਈ। ਉਹਨਾਂ ਕੇ ਕਿੱਥੇ, ਉਹ ਕਿ ਮੁਸਲਮਾਨਾਂ ਦੀ ਮਸੀਤ ਵੇਖਣ ਗਿਆ, ਹਮੀ ਫਕੀਰ ਨੂੰ ਪਾਉਂਡ ਦਿੱਤਾ ਹੈ ਅਤੇ ਬਟੂਆ ਰੱਖਣ ਲੱਗਾ, ਪਤਾ ਨਹੀਂ ਕਿੱਥੇ ਡਿੱਗ ਪਿਆ, 500 ਪਾਊਂਡ ਗਿਆ। ਉਹ ਕਿ ਪਾਉਂਡ ਦੀ ਤਾਂ ਖੈਰ ਹੈ, ਇਹ ਦੱਸਾ ਮੁਸਲਮਾਨਾਂ ਦੀ ਮਸੀਤ ਕੀ ਹੋ ਜਾਈ ਹੈ। ਜਿਹੜੇ ਜੁਮਲੇ 'ਚ ਬੋਲੇ ਹੋ, ਮੇਰਾ ਦਿਲ ਕਰਦੇ ਮੈਂ ਤੁਹਾਨੂੰ ਉੱਠੀ ਕੇ ਸੀਨੇ ਨਾਲ ਲਾਵਾਂ। ਬਾਈ ਇਹ ਤੁਸੀਂ ਸੁਬਹਾਨ ਅੱਲਾਹ ਜਿਹੜਾ ਆਖਿਆ ਨਾ, ਇਹਦੇ ਵਿੱਚ ਨਾ ਸੁਰ ਰਹੀ ਨਾ ਗੁਰ ਰਹੀ ਹੈ, ਮੁਹੱਬਤ ਆਈ, ਮਵੱਦਤ ਆਈ। ਇਸ ਵੇਲੇ ਮਵੱਦਤ ਚੱਲਦੀ ਹੈ, ਅੱਲਾਹ ਗਵਾਹ ਹੈ ਜੀ। ਮੈਂ ਆਦਾ ਕਿਆ ਪਿਆ, ਜਲੇ ਮੁਜ਼ੰਮਲ ਉਹਨੇ ਆਖਿਆ ਨਾ ਮੁਸਲਮਾਨਾਂ ਦੀ ਮਸੀਦ ਸੋਹਣੀ, ਮੈਂ ਕਿ ਉਹ ਬੜੀ ਸੋਹਣੀ ਹੈ। ਮੈਂ ਕਿ ਫਿਰ ਅਗਲੀ ਵੀਕਐਂਡ 'ਤੇ ਛੁੱਟੀ 'ਤੇ ਫਿਰ ਮੈਨੂੰ ਵੀ ਨਾਲ ਲੈ ਚੱਲੀ ਨਾ, ਅਤੇ ਫਿਰ ਅੰਗਰੇਜ਼ ਸਾਹਿਬ, ਤਾਂ ਫਿਰ ਅੰਗਰੇਜ਼ ਸਾਹਿਬ ਨਾ ਸਾਂ ਆਪਣੇ ਬੀਵੀਆਂ ਦੇ ਆਖੇ ਮੰਨਦੇ ਹਾਂ, ਉਹ ਵੀ ਆਖੇ ਲੱਗ ਗਿਆ, ਆ ਗਿਆ। ਜਲੇ 8 ਦਿਨ ਬਾਅਦ ਆਇਆ, ਉਹ ਯੰਗ ਜਨਰੇਸ਼ਨ, ਇਹ ਤਕਰੀਰ ਮੇਰੀ ਤੋਹਫੇ ਵਿੱਚ ਦੋਸਤਾਂ ਨੂੰ ਦੇਵਣੀ ਹੈ, ਅਤੇ ਬਾਕੀ ਇਹ ਨਾ ਸਮਝਿਆ ਕਿ ਮੈਂ ਰੋਜ਼ਾਨਾ ਇੱਕਾ ਹੀ ਤਕਰੀਰ ਕਰਦਾ। ਅਲਹਮਦੁਲਿਲਾ, ਮੈਂ ਰੋਜ਼ਾਨਾ ਨਵੇਂ ਰੰਗ 'ਚ ਨਬੀ ਨਬੀ ਕਰਦਾ, ਮੇਰਾ ਓੜਨਾ ਵਿਛਾਉਣਾ ਹੀ ਨਬੀ ਨਬੀ ਕਰਨਾ ਹੈ। ਖੁਦਾ ਵਾਹਿਦ ਦੀ ਕਸਮ ਹੈ, ਜਿਹੜੇ ਵੇਲੇ ਲਜਪਾਲ ਬਾ ਕਮਾਲ ਨਬੀ ਦੇ ਨੌਕਰੋ ਹਫ਼ਤੇ ਦੇ ਬਾਅਦ ਜਿਹੜੇ ਵੇਲੇ ਆਇਆ, ਅੰਗਰੇਜ਼ ਦੇ ਜ਼ਿਹਨ 'ਚ ਨਾ ਬਟੂਆ ਨਾ ਪਾਉਂਡ, ਜਿਹੜੇ ਵੇਲੇ ਆਇਆ ਨੇੜੇ 'ਤੇ ਫਕੀਰ ਵੇਖਿਆ, ਬਈ ਉਹ ਅੰਗਰੇਜ਼ ਆਉਂਦਾ ਪਿਆ ਪਿਛਲੇ ਹਫ਼ਤੇ ਵਾਲਾ, ਹੁਣ ਮੇਰਾ ਹੱਕ ਬਣਦਾ ਹੈ ਨਾ, ਮੈਂ 1/2 ਘੰਟੇ ਬਾਅਦ ਚੈੱਕ ਨਾ ਕਰਾਂ ਭੀਰਾਵਾਂ ਨੂੰ ਕਿ ਭੀਰਾ ਮੇਰੇ ਇੱਥੇ ਬੈਠਣ ਜਾਂ ਇਹ ਪਰਵਾਦ ਮਦੀਨੇ ਵਾਲੇ ਪਾਸੇ ਕਰ ਰਹੇ ਹਨ। ਚਲੇ ਅੰਗਰੇਜ਼ ਆਇਆ ਨਾ ਫਕੀਰ ਦੇ ਸਾਹਮਣੇ, ਅਤੇ ਫਕੀਰ ਵੇਖਿਆ ਆ ਗਿਆ ਹੈ, ਉਹਨੇ ਕਾਸੇ ਆਪਣੇ ਵਿੱਚੋਂ ਬਟੂਆ ਕੱਢਿਆ, ਉੱਠ ਕੇ ਖੜਾ ਹੋ ਗਿਆ, ਦੇ ਜਾ ਫਕੀਰ, ਜਾ ਅੰਗਰੇਜ਼ ਦਾ 8 ਦਿਨ ਹੋ ਗਏ, ਮੈਨੂੰ ਤੇਰੇ ਇਸ ਬਟੂਏ ਦੀ ਖਿਆਲ ਰੱਖਣਾ ਪਿਆ, ਇਹਦੀ ਖਾਤਰ ਮੈਂ ਘਰ ਹੀ ਨਹੀਂ ਗਿਆ ਕਿ ਅਮਾਨਤ 'ਚ ਖਿਆਨਤ ਨਾ ਹੋਵੇ। ਐ ਲੈ ਆਪਣੀ ਅਮਾਨਤ। ਸੁਣਨੀ ਤਾਰੀਖ ਵਾਲੇ ਤਵੱਜੋ ਕਰੋ ਮੇਰੇ ਬੱਚੋ, ਹੁਣ ਉਹ ਬੰਦਾ ਮੇਰੀ ਤਕਰੀਰ ਕਿੱਥੇ ਸੁਣ ਕੇ ਰਾਜ਼ੀ ਹੋਵੇਗਾ। ਇੱਥੇ ਇੱਕ ਬੱਚਾ ਜੁੱਤੀ ਚਾ ਲਵੇ ਨਾ, ਇੱਕ ਬੱਚਾ ਅੱਲਾ ਮਾਫ਼ ਕਰੇ ਅਤੇ ਪਕੜੀ ਜ ਵੰਜੇ, ਉਹਦੇ ਮੂੰਹ 'ਤੇ ਥੱਪੜ ਮਾਰ ਮਾਰ ਕੇ ਖੂਨ ਕੱਢਦੇ ਸਨ, ਔਰ ਉਹਦਾ ਫੋਟੋ ਖਿੱਚ ਕੇ ਉਹ ਫੇਸਬੁੱਕ 'ਤੇ ਚਲਾ ਦੇਣ, ਬਈ ਹਮਨੇ ਰਾਤ ਜੁੱਤੀ ਚੋਰ ਪਕੜਾ ਹੈ। ਉਹ ਜਿਹੜਾ 200 ਦੀ ਸੋਫਟੀ ਚਾਵੇ, ਉਹ ਤਾਂ ਹੈ ਡਾਕੂ, ਅਤੇ ਤੂੰ ਬੇਟੀ ਦਾ ਹੱਕ ਖਾ ਜਾਵੇਂ, ਤੇਰੇ ਤੋਂ ਵੱਡਾ ਡਾਕੂ ਕਿਹੜਾ ਹੈ, ਦੱਸ ਤਾ ਸਹੀ ਮੈਨੂੰ ਹਾਜੀਆ। ਜਿਹੜੇ ਨਹੀਂ ਸਮਝੇ, ਮੈਨੂੰ ਦੁੱਖ ਹੈ, ਦੁੱਖ ਹੈ। ਜਿਹੜਾ 200 ਦੀ ਜੁੱਤੀ ਚਾ ਲਵੇ ਉਹ ਤਾਂ ਡਾਕੂ, ਤੂੰ ਬੇਟੀ ਦਾ ਹੱਕ ਖਾ ਜਾਵੇਂ ਤੇ ਤੂੰ ਹਾਜੀ, ਵੱਡਾ ਹਾਜੀ ਵੇਖ, ਔਰ ਪੁੱਤਰ ਤੇਰਾ ਗੁਨਾਹਗਾਰ ਹੈ, ਪੂਰੇ ਚੱਕ ਕੇ ਤੇਰੀ ਬੇਇੱਜ਼ਤੀ ਕਰਵਾ ਰਿਹਾ, ਕਦੇ ਨੱਕ ਪਵਾਉਂਦਾ ਹੈ, ਕਹੀਂ ਤਹੀਂ ਕਿਆ, ਤੂੰ ਬਿਰਾਦਰੀ ਵਿੱਚ ਬੋਲਣ ਜੋਗਾ ਨਹੀਂ, ਤੂੰ ਫਿਰ ਵੀ ਆਦੇ ਖੈਰ ਹੈ ਜੀ ਖੈਰ ਹੈ, ਕਦੇ ਤਾਂ ਠੀਕ ਹੋ ਜਾਸੀ, ਅਤੇ ਬੇਟੀ ਐਸੀ ਸ਼ਰਮੋ ਹਜਾ ਵਾਲੀ ਹੋਈ, 25 ਸਾਲ ਤੇਰੇ ਇੱਕ ਮਕਾਨ 'ਚ ਰਹਿ ਗਈ ਹੈ, ਤਾਂ ਕਿਆ ਦਿਨ ਉਹਨੇ ਆਖੇ ਦਿਨ, ਤਾਂ ਕਿ ਰਾਤ ਉਹਨੇ ਆਖੇ ਰਾਤ, ਬੇਟੇ ਤੇਰੇ ਆਖਿਆ ਮੈਂ ਚਾਚੇ ਦੇ ਘਰ ਰਿਸ਼ਤਾ ਨਹੀਂ ਕਰਦਾ, ਤੂੰ ਕੁਝ ਹੀ ਨਹੀਂ ਵੀ ਕਰ ਸਕਿਆ, ਤਾਂ ਬੇਟੇ ਆਖਿਆ ਖਾਲਾ ਦੇ ਘਰ ਰਿਸ਼ਤਾ ਨਹੀਂ ਕਰਨਾ, ਤਾਂ ਆਖਿਆ ਚਲੋ ਤੇਰੀ ਮਰਜ਼ੀ, ਲੇਕਿਨ ਬੇਟੀ ਐਸੀ ਕਿਸਮਤ ਵਾਲੀ ਹੈ ਕਿ 25 ਸਾਲ ਤੋਂ ਤੇਰੇ ਵਿਹੜੇ ਗੁਜ਼ਾਰ ਗਈ ਹੈ, ਤੇਰਾ ਹੱਕ ਬਣਦਾ ਹਾ ਤੂੰ ਖਿਦਮਤ ਵਿੱਚ ਤੇਰੀ ਖਿਦਮਤ ਕਰਦੀ ਰਹੀ ਹੈ, ਤੇਰਾ ਹੱਕ ਬਣਦਾ ਹਾ ਤੂੰ ਉਹਨੂੰ ਕਮ ਅਜ਼ ਕਮ ਉਹਦਾ ਹਿੱਸਾ ਤਾਂ ਦੇਵੇਂ ਹਾਂ, ਤੂੰ ਐਸਾ ਜ਼ਾਲਿਮ ਹੈ ਤਾਂ ਹਿੱਸਾ ਖਾ ਗਿਆ ਹੈ, ਔਰ ਇਵੇਂ ਭੇਜੀ ਆਈ। ਔਰ ਬੇਟੀ ਦਾ ਕਮਾਲ ਤਾਂ ਵੇਖ, ਜਦਣ ਮਰਨ ਲੱਗਾ ਹੈ ਬੇਟਾ ਜੇਬ ਦੀ ਤਲਾਸ਼ੀ ਬੈਠਾ ਕਰੇਂਦਾ ਹਾ, ਉਹ ਬੇਟੀ ਸਰਾਂਦੀ ਬਹਿ ਕੇ ਆਦੀ, ਅੱਲਾ ਕੋਈ ਗੱਲ ਨਹੀਂ, ਮੇਰੇ ਬਾਬੇ ਨੂੰ ਬਾਫ ਕਰ ਦੇਵੀ, ਮੈਂ ਰਾਜ਼ੀ। ਮੈਂ ਰਾਜ਼ੀ ਹਾਂ। ਓਏ ਮੈਨੂੰ ਵੇਖ ਕੇ ਹੱਸੋ ਨਾ, ਓਏ ਮੇਰੀ ਗੱਲ 'ਤੇ ਫਸੋ, ਓਏ ਚਿੱਟੀ ਮੇਰੀ ਦਾੜੀ ਹੈ, ਓਏ ਉਹਦੀ ਦੀਵਾਨਗੀ 'ਤੇ ਨਾ ਜਾਓ, ਮੇਰੀ ਗੱਲ ਸੁਣੋ। ਮੈਂ ਆਪਣੀ ਜ਼ਿੰਦਗੀ ਵਿੱਚ ਸੈਂਕੜਾ ਨਿਕਾਹ ਪੜ੍ਹਾਇਆ ਬਾਬਾ ਜੀ, ਮੈਂ ਇੱਕ ਨਿਕਾਹ ਐਸਾ ਵੀ ਪੜ੍ਹਾਇਆ ਹਾਂ, ਲੜਕੀ 3MA ਹੈ,
اور لڑکا گنگا ہا بوسنا دے پاسے لڑکا گنگا ہا ینگ جنریشن نے تقریر تواڈی نظر پیا کردا خدا دی قسم لڑکا گنگا اور لڑکی ٹرپل ایم اے پاس جڑے ویلے دے سائن ہے میں کہ کیا گل ہونا کہ جی تین ایم اے کی تن میں کہ بھائی ایجاب قبول میں خود کرن جا سکدی میں پاس ہی نہ جاواں جلے میں گیا اس بچی نو میں کہ او بی بی تیرا گھر والا تا گنگا ہے تے تو ٹرپل ایم اے پاس ہے تو گنگے نال گزارا کیویں کرے سے اس دن بیٹیاں دے مان دا پتہ چلیا مینوں رو کے آدھی ہے مولوی چپ کر میں دولہے دی زبان ویکھاں یا بابے دی چٹی داڑھی ویکھاں اللہ تواڈے آنسو قبول کر اللہ تانوں رنگ لاوے جڑے بیٹیاں والے بیٹھے ہو میرے وال ویکھو میں بھی بیٹیاں والا کتے بیٹھے ہو تسی بیٹیاں دے حق پی کے جنت نبی فرماندن الفاطمہ تو بیدا تو منی تو آدھی بیٹی میری ہے ہی نہیں اللہ میرے بچیاں دے مقدر چنگے کرے یہ سن دیاں بیٹھی ہیں آخر میں بھی کسی ماں دا پتر ہاں کسی بہن دا ویر ہاں میں بھی بیٹیاں دا باپ ہاں مینو بیٹیاں دے احساس دا پتا ہے سمجھو گا مہربانی کرو خدا دی قسم ہے میں کیویں پڑھاں اللہ اکبر جڑے ویلے فقیر آ کے نا اے لے بٹوا انہیں بٹوا ویکھیا تا پورا 500 پاؤنڈ وچ ہے وہ آکھن لگا او فقیر اس 500 پاؤنڈ نال تو دہلی وچ مکان چنگا جیاں تو لے لویں ہاں میں کوئی ویدا تا نہ کھڑا ہمیں فقیر اٹھی کے نعرہ لایا ہوں کہ او انگریزا مینو پٹھے سبق نہ پڑھا میں تیرا 500 پاؤنڈ کیویں کھاواں تو تا نہ ویدا کھڑا ہاویں مینو محمد دا رب تا ویکھ رہا جڑے محفل سن رہے ہو بیٹھے ہو روندے بیٹھے ہو سب دی نظر میرے اللہ دے اللہ ویکھ رہے آئے ہر کئی نو اللہ ویکھ رہے آئے میں کیویں پڑھ رہے ہاں اللہ جاندا ہے تو ساکی میں رو رہے ہو اللہ جاندا ہے او تیریاں حیاتیاں ہوں من بچا او آدھا اے تا 500 پاؤنڈ ہا اگر 5000 بھی ہوئے ہاں میں پھر بھی نہ چامنا کیونکہ میں نبی دا نوک او دا امتیاں فقیر ضروراں مگر باز امیراں اے تا 500 پاؤنڈے فقیر جلے گل کیتی ہیں سٹیٹ سیکٹری بچہ او دی بیوی انگریزن تے او ایویں جڑے ویلے مسجد جان لگے اچانک بیوی بہ گئی انگریزن او جڑے ویلے انگریزن بیٹھیے تے انگریز نو آدیے فقیر نو بلا فقیر آیا فقیر آدھا کیا گلے مائی آدیے مہربان کر ہن اندر با دے جاسوں پہلے حسین دے نانا دا کلمہ پڑھا جا واہ 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 سبحان اللہ سبحان اللہ جڑے سانگلا ہل تو آئے بیٹھے ہو تو آجا جوانیاں ہوں میں کلمہ پڑھا چاہ اتھے مولوی دی تقریر بندے بھول جان دن کیونکہ کردار میرے پلے نہیں او دے پلے کردار ہا تیرے بچے جی میں آدھائے کلمہ پڑھو انہا جڑے ویلے کلمہ پڑھے آئے تھے فقیر اپنی جگہ تھے بائے گیا ہن جعفر قریشی آنکھ بند کر کے لائن پڑھ کوئی بولے تھے اکا بھامیں نہ بولے میرے نبی دے نوکرو فقیر کلمہ پڑھا کے بائے گیا انگریز تے انگریز 8 قدم ہور چلن تے پھر رومن بائے گن او فقیر آدھے ہون کیا بنی آئے آجن بڑھنا کیا سوچ رہے آئے جیدہ امتی اتنا سونا ہے او نبی کتنا سونا ہو سی او میں صدقے او میں صدقے جیو میرا بیٹا او سیرے پا وہ جوانی رجمان ہو میں پردیسی رازیاں چلے میں نے انہاں آکھیا ہے تو اتنا سونا ہی تیرا نبی کتنا سونا ہو سی فقیر آدھائے آنکھوں تا دکھا دے ماں بھائی جڑے نیوے بولے ہون نہیں بولنا تو سا ہون نہیں بولنا او بولو جڑے بولائے بولتے بیٹھے وے او آدھائے میں وکھا دے ماں انہیں کہ کیا کیا ہی فقیر آدھے نبی وکھا دے ماں انہیں کہ وکھا من تا دور دی گلے تو اے دا
دس تیرا نبی سونا ہا یا یوسف سونا ہا اج دی رات دا حسین جملہ پیا پڑھدا قابو ہو جاوے او ادا کیا دیو انہاں کہ یوسف سونا ہا یا تیرا نبی سونا ہا فقیر اٹھ کے نعرہ لایا انہاں کہ یوسف گھٹ سونا ہا میرا نبی ودھ سونا ہا انہاں کہ کیویں فقیر ادا یوسف اتنا حسین او دے اوتے صرف زلیخا سے کئی میرا نبی اتنا حسین او دے اوتے خدا دی خدائی نعرہ تکبیر نعرہ رسالت نعرہ تحقیق نعرہ حیدری شاباش شاباش ہاتھ بلند کر کے حیدری اچھا سمجھ رہے ہو کہ محفل مدینے جا رہی ہے کہ نہیں جا رہی اس ٹائم بندے نیندر کر دین حلالی ماما دے پتر نبی نبی کر دے ہیں آکو سبحان اللہ جڑ ویلے انہاں نے گل کیتی ہے انہاں کے اچھا اس ویلے ہووی اے ہات نبی دا دیدار کریے ہا اے ادا نہیں آکھو تا میں ایتھے ہی دیدار کرا دینا انہاں کے ایتھے کیویں دیدار کرے سے او مدینہ ہا اے دہلی اے 300-1300 سال پہلے دی گل اے او ادا تساں اکھ بند کرو ہون سٹیٹ سیکٹری بیٹا تے محفل سونی دیتی ہے ہون بھامے چلے ہی جامن تے میں مطمئن نہ چلے آکھے نا اکھ بند کرو انہاں اکھ بند کر لے تے فقیر مدینے دے منہ کر دے بھائی کیا بات ہے بھائی کیا بات ہے او یار کوئی لاڑکانے تو منہ کردا ہے کوئی قبلہ لاہور تو منہ کردا ہے کوئی میاں والی تو منہ کردا ہے کوئی کتھے منہ کردا ہے سنی ہمیشہ مدینے تو منہ کردا ہے جی مدینے تو ویکھیا تے آدن یا رسول اللہ میں تو فقیر ہاں میں ایتھے تک انہاں نوں لایا آں ہن دیدار تے تساں کراوڑا مدینے وچ آواز آئی اے نہ گھبرا انہاں نوں اکھ بند کرو جلے اکھ بند ہوئی اے تے نبی دیدار کرایا ایڈو نبی دیدار کرایا بندے عمرے تو آمن تا دن حضور دا روزہ ایہو جیاں کھانا کعبہ ایہو جیاں صفا مروہ وا بیوا زمزم دا پانی دے کیا کہنے تے جنہ دے سامنے ودو ہا دے مکھڑے والا ہوئے ہو جیو ہاتھ بلند کر کے نعرہ رسال اللہ گواہ ہے جڑے ویلے لجپال با کمال بے مثال آمنا دلال اپنا دیدار کرایا اس ویلے اے فقیر دے سناؤ میاں میرا نبی کیو جی آئے انہا جڑی گل کی تھی پتہ نہیں تو انہوں سرے کی سمجھا دیئے کہ کوئی نہ انہا اتھا ہی جواب دیتا ہے حسن جمال ویکھو کالے کالے وال ویکھو اللہ جی شاباش میرا بچڑا حسن جمال ویکھو کالے کالے وال ویکھو تکدار راوے بندہ رب دا کمال ویکھو اللہ 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 اتھے بندے نیوے پڑھ رہے چلو ادھیاں دی جاتے تو سب پڑھ لاؤں دا سگنل ڈاؤن ہو گیا ہے اللہ 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 ٹھیک ہے تھوڑی آواز اور دے سکتے ہو اللہ 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 شاباش تواڈے ہتھاں دے بوسے دیواں بوسے دیواں اللہ 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 اے ینگ جنریشن والے نوٹ سٹی جا رہے ہیں میرے نال پڑھ دے اوکا وی نہیں پے چلو اگلے سال 7:30 بجے پڑھ لو بھائی اللہ 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 جی اللہ جی میں تو اڈا گواہ تسا میرا بھیرا میرے گواہ اللہ 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 اے گورے گورے گال ویکھو اتھے بندے آکشن لے پھر بریلویاں دا مولوی گورے گورے گالا دا گورے گورے گالے بلا کتھے آئے میں قرآن پڑھ دا اللہ دا اعلانے ذرا کر میں والدیہانے راضی ہوئے رب رحمانے اللہ فرمی دی ودو ہے واللیل اذا سجا میں ودا کا ربکا وما قلا ولل آخرت خیر لک من الال ولسن فیوتی کا ربکا فتردہ سبحان اللہ علم
لم يجدك يتيما فأوى ووجدك ضالا فهدى ووجدك عائلا فأغنى فأما اليتيم فلا تقهر وأما السائل فلا تنهر وأما بنعمة ربك فحدث. গোরে গোরে জি মেহরবানি বেটা গোরে গোরে গাল দেখো চেহারে কা জালাল দেখো গোরে গোরে গাল দেখো চেহারে দা জালাল দেখো ভুখে বীর রাজ বন্যন হসন পে মিসাল দেখো ওহো সুবহানাল্লাহ সুবহানাল্লাহ সুবাজি মা পর্দা গোরে গোরে গাল দেখো চেহারে দা জালাল দেখো ভুখে বীর রাজ বন্যন হসন পে মিসাল দেখো সারে বলো আল্লাহ 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 সুবহানাল্লাহ ওয়াম্মা মান খাফা থাকে তো নাই ও মেরে বচ্চে থাক গে নিউজিল্যান্ড দি সার টালা থাক গে আকো সুবহানাল্লাহ মাওলানা তোয়াডি দোয়া মেরে নাল যা রহী হ্যায় আম্মা মান খাফা মকাম রব্বহি যেড়া বন্দা সাডা না সুন কে ਸਾਡੇ ਤੋਂ ਡਰਦਾ ਹੈ ਉਹ ਵੀ ਜੰਨਤੀ ਹੈ ਅੱਲਾ ਦੂਸਰਾ ਕਿਹੜਾ ਹੈ ਫਰਮਾਇਆ ਵਨ ਹਨ ਨਫਸ ਅਨਿਲ ਹਵਾ ਜਿਹੜਾ ਆਪਣੀ ਤਬੀਅਤ ਤੇ ਨਹੀਂ ਚੱਲਦਾ ਤੈ ਮੁਹੰਮਦ ਦੀ ਸ਼ਰੀਅਤ ਤੇ ਚੱਲਦਾ ਹੈ ਉਹ ਵੀ ਜੰਨਤੀ ਹੈ হায় সুবহান আল্লাহ জি মহারাজি ওয়ানা হান্নাফস আনিল হাওয়া যেটা তেরি শরীয়ত তে চলদা হে ও ভি ইদওয়ালে বলে ও ভি ਮੈਂ ਕਵਾਲੀ ਨਹੀਂ ਆਖ ਰਿਹਾ ਮੈਂ ਕੁਰਾਨ ਪਿਆ ਪੜ੍ਹਦਾ ਮੈਂ ਦੋੜਾ ਨਹੀਂ ਪੜ੍ਹ ਰਿਹਾ ਮੈਂ ਕੁਰਾਨ ਪਿਆ ਪੜ੍ਹਦਾ ਖੁਦਾ ਦੀ ਕਸਮ ਮੈਂ ਰਾਮਾਇਣ ਨਹੀਂ ਪੜ੍ਹ ਰਿਹਾ ਕੁਰਾਨ ਪਿਆ ਪੜ੍ਹਦਾ ਉਹ ਕੁਰਾਨ ਪਿਆ ਪੜ੍ਹਦਾ ਮੈਂ ਤਾਂ ਕੁਰਾਨ ਪੜ੍ਹਦਾ ਪਿਆ ਮੁਰਗੇ ਖਾ ਕੇ ਮੇਰੇ ਹੁਸੈਨ ਪੜ੍ਹਿਆ ਨਸਲ ਜ਼ਿਬਾ ਕਰਵਾ ਕੇ ਵਨਹਨ ਨਫਸ ਅਨਿਲ ਹਵਾ ਉਹ ਦੂਸਰਾ ਉਹ ਜੰਨਤੀ ਹੈ ਜਿਹੜਾ ਆਪਣੀ ਤਬੀਅਤ ਤੇ ਨਹੀਂ ਚੱਲਦਾ ਤਬੀਅਤ ਆਦੀ ਜਾ ਘਰ ਪੌਣੇ ਤਿੰਨ ਹੋ ਗਏ ਮੁਰਗੇ ਅਦਾਨ ਦੇਣ ਵਾਲੇ ਮੀਆਂ ਅਬਦ ਬਸ਼ੀਰ ਕੰਮ ਲੰਬਾ ਰੱਖਿਆ ਹੈ ਤਬੀਅਤ ਆਦੀ ਜਾ ਇਸ ਕਦਾ ਇੰਨਾ ਹੋ ਸਕਦਾ ਹੈ ਫਿਰ ਇਹ ਰਾਤ ਨਸੀਬ ਨਾ ਹੋਵੇ ਤਬੀਅਤ ਦੀ ਜਾਫਰ ਕੁਰੇਸੀ ਸਵੇਰੇ ਸਿੰਧ ਪਹੁੰਚਣਾ ਆਈ ਮਰ ਤੇਰੇ ਕੋਲ ਕੋਈ ਹੈਲੀਕਾਪਟਰ ਤਾਂ ਨਹੀਂ ਕਿ ਉੱਡ ਜਾਸੇ ਇਸ ਕਦਾ ਨਾ ਨਾ ਸਾਰਾ ਸਾਲ ਮਿਹਨਤ ਕਰਦੇ ਰਹਿ ਗਏ ਝਾੜੂ ਇਹਨਾਂ ਦਿੱਤਾ ਹੋ ਸੀ ਲੰਗਰ ਇਕੱਠਾ ਕੀਤਾ ਹੋ ਸੀ ਇਹਨੇ ਦਾ ਦਿਲ ਨਾ ਤਰੋੜ ਆਖਿਰ ਔਰ ਵੀ ਤਾਂ ਐਸੇ ਬੱਚੇ ਹਨ ਜਿਹੜੇ ਕੁੱਤੇ ਲੜਵੇਂਦੇ ਨੇ ਇਹ ਹਲਾਲੀ ਮਾਵਾਂ ਦੇ ਪੁੱਤਰ ਹਨ ਜਿਹੜੇ ਨਬੀ ਦਾ ਜ਼ਿਕਰ ਕਰਵੇਂਦੇ ਹਨ ਹੱਥ ਬੁਲੰਦ ਕਰਕੇ ਨਾਰਾਏ ਹੈਦਰੀ ਜਿਹੜੇ ਘਰ ਵਿੱਚ ਗੁੱਲਰ ਆ ਜਾਵੇ ਉਹਨੂੰ ਡੰਡਾ ਵੀ ਖਾਈਏ ਤੇ ਨਸ ਜਾਂਦਾ ਜਿਹੜੇ ਬਨੇਰੇ ਤੇ ਕੱਵਾ ਬਹਿ ਜਾਵੇ ਉਹਨੂੰ ਗੁਲੈਲ ਵੀ ਖਾਈਏ ਤੇ ਨਸ ਜਾਂਦਾ ਜੇਕਰ ਸ਼ੈਤਾਨ ਸਾਹਮਣੇ ਆ ਜਾਵੇ ਲਾਹੌਲ ਸੁਣਾਈਏ ਤੇ ਨਸ ਜਾਂਦਾ ਮੁਨਕਰ ਅਲੀ ਦਾ ਸਾਹਮਣੇ ਬਹਿ ਜਾਵੇ ਨਾਰਾ ਹੈਦਰ ਦਾ ਲਾਈਏ ਤੇ ਨਸ ਕਿਆ ਬਾਤ ਹੈ ਓ ਕਿਆ ਬਾਤ ਹੈ ਇਹ ਮੇਰੀ ਦੁਆ ਹੈ ਇਹ ਕੁਰੇਸ਼ੀ ਦਾ ਕਮਾਲ ਨਹੀਂ ਵੀ ਤੇਰਾ ਕੋਈ ਮੁਰਸ਼ਦ ਕਾਮਿਲ ਹੈ ਮੁਰਸ਼ਦ ਚੰਗਾ ਹੋਵੇ ਤਾਂ ਬੱਚੇ ਕਿਬਲਾ ਦਸੇਂਦੇ ਨੇ ਆਖਿਰ ਜਿਹੜਾ ਗਾਵੀ ਮਮਤਾਦ ਕਾਦਰੀ ਭਾਸੀ ਘਾਟ ਦੇ ਸਾਹਮਣੇ ਮੁਸਕਰਾ ਰਿਹਾ ਨਾ ਉਹ ਲੱਲੂ ਪੰਜੂ ਪੀਰ ਦਾ ਮੁਰੀਦ ਨਾ ਹਾ ਉਹ ਅਮੀਰ ਅਹਿਲੇ ਸੁਨਤ ਮੌਲਾਨਾ ਇਲਿਆਸ ਕਾਦਰੀ ਦਾ ਮੁਰੀਦ ਹਾ ਜਬ ਚਲੋ ਕੰਮ ਹੁਣ ਯਾਰ ਹੁਣ ਸ਼ਾਰਟ ਹੀ ਕਰੀਏ ਕੋਈ ਇਮਤਿਹਾਨ ਤਾਂ ਨਾ ਲਵੀਏ ਅੱਲਾ ਫਰਮਾਉਂਦਾ ਵਨਹਨ ਨਫਸ ਅਨਿਲ ਹਵਾ ਇਹ ਜੰਨਤੀ ਹੈ ਆਪਣੀ ਤਬੀਅਤ ਤੇ ਚੱਲਦਾ ਹੀ ਨਹੀਂ ਸ਼ਰੀਅਤ ਤੇ ਚੱਲਦਾ ਹੈ ਕਿਵੇਂ ਚੱਲਦਾ ਹੈ ਚੌਕ 'ਚ ਖਲੋਤਾ ਹੋਇਆ
किसी की माँ बेटी जा रही है यार आ दिन वेखे ना वो वेखे ना वेख और शादी तो लड़कियां जा रही वेख याद क्यों वेखा क्यों वेखा वह आदि ना वेख अखी हैं किस वास्ते वह आदि मैं नहीं वेदा मैं किसी की माँ बेटी नू अज वेखा कल इस टाइम मेरी अपनी भेण भी गुजरना है मेरी भेण कोई वेखे मैं ठीक हाँ गल नहीं समझ आई गल मेरा ख्याल है पत्थर ते लिखी गई है हैं किसी की माँ बेटी जा रही है यार आ दिन वेखना वेख तो सही यार वेख तो सही वो क्यों वेखा हया भी कुछ है होंगी है हाय हाय सुबहान अल्लाह मैं क्यों वेखा मेरी माँ का भी सर है इस मई का भी सर है मेरी माँ के भी दो हथ हैं इस बीबी के भी दो हथ हैं ये भी दो पैर हैं मेरी भेण के भी दो पैर हैं शक्लों का फर्क है ना है तो बाबे आदम की औलाद ना मैं किसी की बेटी नू क्यों खैर अख नाल वेखा कल कला मेरी बेटी नू कोई होर वेख लवे ये है शरीयत आला ये है शरीयत वाला भाई अरशद साहब इस तो वड्डी तबलीग नहीं वनहन नफ्स अनिल हवा मुहम्मद करीम की शरीयत चलता है अल्लाह इनाम कितना देना है फिर उन्हों बजेनो दो फुल लग जावे ओ तो बन जाता है एस एच ओ तो एस एस पी तो डी आई जी अल्लाह जिन्हों तय दो फुल लैन ओ ताकत क्या है फरमाया फिर